ਵੱਡੇ ਦਾ ਹੰਕਾਰ ਨਹੀਂ ਕਰਨਾ, ਗਿਆਨ ਦੀ ਨਮਰਤਾ ਰੱਖਣੀ, ਗਿਆਨ ਦਾ ਸਤਿਕਾਰ ਕਰਨਾ, ਚਾਹੇ ਛੋਟੇ ਬੱਚੇ ਵਿੱਚੋਂ ਕਿਉਂ ਨਾ ਆਉਂਦਾ ਹੋਵੇ। ਹਰਕ੍ਰਿਸ਼ਨ ਸੱਚੇ ਪਾਤਸ਼ਾਹ ਬਹੁਤ ਛੋਟੇ ਸਨ, ਗੁਰੂ ਨਾਨਕ ਦੇਵ ਜੀ ਬਹੁਤ ਛੋਟੇ ਸਨ, ਜਦੋਂ ਤੋਂ ਗਿਆਨ ਦਿੰਦੇ ਸਨ, ਬੜਿਆਂ ਬੜਿਆਂ ਨੂੰ ਗਿਆਨ ਦਿੱਤਾ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਬਹੁਤ ਛੋਟੇ ਸਨ, ਉਦੋਂ ਤੋਂ ਉਹ ਸੋਝੀ ਰੱਖ ਰਹੇ ਸਨ। ਗੁਰੂ ਹਰਗੋਬਿੰਦ ਸਾਹਿਬ ਜੀ ਛੋਟੀ ਜਿਹੀ ਅਵਸਥਾ 'ਚ ਗੁਰਤਾਗੱਦੀ ਦੇ ਮਾਲਕ ਬਣੇ ਸਨ। 11 ਸਾਲ ਦੀ ਅਵਸਥਾ ਸੀ, ਹਰਗੋਬਿੰਦ ਸੱਚੇ ਪਾਤਸ਼ਾਹ ਗੁਰਤਾਗੱਦੀ ਦੇ ਮਾਲਕ ਸਨ। ਫਿਰ ਗੁਰੂ ਹਰਕ੍ਰਿਸ਼ਨ ਸੱਚੇ ਪਾਤਸ਼ਾਹ ਛੋਟੀ ਜਿਹੀ ਅਵਸਥਾ ਵਿੱਚ ਗੁਰਤਾਗੱਦੀ ਦੇ ਮਾਲਕ ਬਣੇ ਸਨ। ਗੁਰੂ ਗੋਬਿੰਦ ਰਾਏ ਜੀ 9 ਸਾਲ ਦੀ ਅਵਸਥਾ 'ਚ ਗੁਰਤਾਗੱਦੀ ਦੇ ਮਾਲਕ ਸਨ। ਸੋ ਇਹ ਨਾ ਖਿਆਲ ਕਰੋ ਕਿ ਛੋਟਾ ਜਿਹੜਾ ਗਿਆਨ ਹੁੰਦਾ ਉਹ ਪੂਰਵਲੇ ਕਰਮਾਂ ਦਾ ਜੀਵਨ ਵਿੱਚ ਆਪਣੇ ਅੰਦਰ ਜੇ ਟਿਕਿਆ ਹੁੰਦਾ ਅਤੇ ਵਿਕਾਸ ਲੈਂਦਾ, ਉੱਥੇ ਹੀ ਵਿਕਾਸ ਲੈਂਦਾ। ਰੱਬ ਸਾਨੂੰ ਘਟਾਉਂਦਾ ਨਹੀਂ ਹੈ, ਮਾੜੀਆਂ ਗੱਲਾਂ ਭੁਗਤਾਉਣ ਵਾਸਤੇ ਸਾਨੂੰ ਜਨਮ ਮਰਨ ਦੇ ਚੱਕਰ 'ਚ ਪਾਉਂਦਾ। ਸਮਝਣਾ ਬਹੁਤ ਜ਼ਰੂਰੀ ਹੈ। ਜੇ ਕੋਈ ਵੀ ਬੰਦਾ ਰੱਬ ਨਾਲ ਇੱਕ ਹੋ ਜਾਏ, ਬ੍ਰਹਮ ਦਾ ਗਿਆਨ ਹੋ ਜਾਏ ਉਸਨੂੰ, ਕੋਈ ਵੀ ਚਾਹੇ ਉਹ ਔਰਤ ਹੈ ਚਾਹੇ ਮਰਦ ਹੈ, ਚਾਹੇ ਛੋਟਾ ਹੈ ਚਾਹੇ ਵੱਡਾ ਹੈ, ਚਾਹੇ ਕਿਸੇ ਜਾਤੀ ਦਾ, ਜੇ ਉਹਨੂੰ ਬ੍ਰਹਮ ਦਾ ਗਿਆਨ ਹੋ ਜਾਏ ਉਹਨੂੰ ਬ੍ਰਹਮ ਗਿਆਨੀ ਕਹਿੰਦੇ ਨੇ, ਬ੍ਰਹਮ ਗਿਆਨੀ। ਜਿਹਨੂੰ ਬ੍ਰਹਮ ਦਾ ਗਿਆਨ ਹੁੰਦਾ ਫਿਰ ਉਹਨੂੰ ਆਪਣੀ ਉਣਤਾਈ ਦਾ ਪਤਾ ਲੱਗ ਜਾਂਦਾ ਕਿ ਮੈਂ ਕਿੰਨਾ ਆਪਣੇ ਆਪ ਨੂੰ ਹੋਛਾ ਆਪਣੇ ਆਪ ਨੂੰ ਜਨਾਈ ਜਾਂਦਾ ਸੀ। ਇਹ ਤਾਂ ਰੱਬ ਹੀ ਹੈ, ਬ੍ਰਹਮ ਹੀ ਹੈ ਜੋ ਸਭ ਕੁਛ ਕਰਦਾ ਸੀ, ਉਹਦਾ ਹੀ ਕੀਤਾ ਹੁੰਦਾ, ਉਹਨੂੰ ਬ੍ਰਹਮ ਗਿਆਨ ਹੋਇਆ ਕਹਿੰਦੇ ਨੇ। ਜਿਹੜਾ ਆਪਣੇ ਆਪ ਦੀ ਅਗਿਆਨਤਾ ਨੂੰ ਬੁੱਝ ਲਵੇ ਕਿ ਮੈਂ ਰੱਬ ਦੇ ਕੀਤੇ ਨੂੰ ਆਪਣਾ ਕੀਤਾ ਕਹੀ ਜਾਂਦਾ ਸੀ, ਇਹ ਅਗਿਆਨਤਾ ਹੈ, ਰੱਬ ਦੇ ਬੋਲਾਂ ਨੂੰ ਆਪਣਾ ਬੋਲ ਕਹੇ ਜਾਂਦੇ ਸੀ, ਇਹ ਅਗਿਆਨਤਾ ਹੈ, ਰੱਬ ਨੂੰ ਨਾ ਜਣਾਉਂਦਿਆਂ ਹੋਇਆਂ ਆਪਣੇ ਆਪ ਨੂੰ ਜਣਾਈ ਜਾਂਦੇ ਸੀ ਜ਼ਿੰਦਗੀ ਵਿੱਚ, ਇਹ ਅਗਿਆਨਤਾ ਹੈ। ਜਿਹੜਾ ਬੰਦਾ ਆਪਣੇ ਆਪ ਦੀ ਅਗਿਆਨਤਾ ਨੂੰ ਬੁੱਝ ਲੈਂਦਾ ਉਹ ਮੁੜ ਕੇ ਆਪਣੇ ਸਰੀਰ ਵਿੱਚ ਵਿਚਰਦਿਆਂ ਹੋਇਆਂ ਆਪਣੇ ਰੱਬ ਦੇ ਗੁਣ ਗਾਉਂਦਾ 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 ਉਸ ਵਿੱਚ ਸਮਾ ਜਾਂਦਾ ਹੈ। ਜਿਹੜਾ ਹਾਲੇ ਆਪਣੇ ਅਗਿਆਨਤਾ ਨੂੰ ਨਹੀਂ ਬੁੱਝਦਾ, ਰੀਅਲਾਈਜ਼ ਨਹੀਂ ਕਰਦਾ, ਨਹੀਂ ਸਮਝਦਾ ਕਿ ਮੈਂ ਅਗਿਆਨੀ ਵੀ ਹਾਂ, ਉਹ ਬੰਦਾ ਫਿਰ ਆਪਣੇ ਗੁਣ ਗਾਉਂਦਾ 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 ਮਰ ਜਾਂਦਾ ਹੈ। ਉਸ ਰੱਬ ਤੋਂ ਟੁੱਟ ਜਾਂਦਾ, ਜਿਹੜਾ ਰੱਬ ਸਾਥੋਂ ਕਦੇ ਟੁੱਟਦਾ ਨਹੀਂ ਹੈ ਉਸ ਰੱਬ ਤੋਂ ਟੁੱਟ ਜਾਂਦਾ। ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਅਸੀਂ ਉਸ ਰੱਬ ਤੋਂ ਟੁੱਟ ਜਾਂਦੇ ਹਾਂ ਜਿਹੜਾ ਰੱਬ ਸਾਡੇ ਨਾਲ ਹਮੇਸ਼ਾ ਰਹਿੰਦਾ, ਕਦੇ ਨਹੀਂ ਟੁੱਟਿਆ, ਕਦੇ ਨਹੀਂ।